Welcome back and subscribe to your own YouTube channel, Professor K. Pushpinder Singh, a tutor who learns. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਸਾਰੇ ਕੁਐਸਚਨ ਜਿਹੜੇ ਨੇ ਐਡਮਿਟ ਕਾਰਡ ਮਿਲਣ ਤੋਂ ਅਤੇ ਐਡਮਿਟ ਕਾਰਡ ਡਾਊਨਲੋਡ ਹੋਣ ਤੋਂ ਬਾਅਦ ਬੱਚਿਆਂ ਦੇ ਮਨ ਦੇ ਵਿੱਚ ਆ ਰਹੇ ਨੇ। ਕਈ ਬੱਚਿਆਂ ਨੂੰ ਹਲੇ ਤੱਕ ਐਡਮਿਟ ਕਾਰਡ ਨਹੀਂ ਮਿਲੇ। ਜਿਨ੍ਹਾਂ ਨੂੰ ਐਡਮਿਟ ਕਾਰਡ ਨਹੀਂ ਮਿਲੇ ਉਹ ਵੇਟ ਕਰ ਲਓ, ਹਲੇ ਕਈ ਪ੍ਰੋਸੈਸ ਹੁੰਦੇ ਨੇ ਜਿਹੜੇ ਯੂਨੀਵਰਸਿਟੀਜ਼ ਨੇ ਕਰਨੇ ਹੁੰਦੇ ਆ, ਅਥੋਰਿਟੀਜ਼ ਨੇ ਕਰਨੇ ਹੁੰਦੇ ਆ, ਤੁਹਾਡੇ ਕਾਲਜ ਦੀਆਂ ਅਥੋਰਿਟੀਜ਼ ਨੇ ਕਰਨੇ ਹੁੰਦੇ ਆ, ਤਾਂ ਉਹ ਪ੍ਰੋਸੈਸ ਦੇ ਅੰਡਰਗੋ ਹੋ ਕੇ ਹੀ ਤੁਹਾਨੂੰ ਐਡਮਿਟ ਕਾਰਡ ਮਿਲਣਗੇ। ਜੇ ਅੱਜ ਨਹੀਂ ਮਿਲੇ ਤਾਂ ਕੱਲ੍ਹ ਮਿਲ ਜਾਣਗੇ, ਨਹੀਂ ਤਾਂ ਹੱਦ 16 ਤਰੀਕ ਦੁਪਹਿਰ ਤੱਕ ਹਰ ਸਟੂਡੈਂਟ ਨੂੰ ਆਈ ਕਾਰਡ ਜਿਹੜੇ ਨੇ ਉਹ ਐਡਮਿਟ ਕਾਰਡ ਜਿਹੜੇ ਨੇ ਉਹ ਮਿਲ ਜਾਣਗੇ। ਅਤੇ ਆਪਾਂ ਹੁਣ ਗੱਲ ਕਰਦੇ ਹਾਂ ਕਿ ਜਿਹੜੀ ਇਨਫੋਰਮੇਸ਼ਨ ਲਈ ਇਹ ਵੀਡੀਓ ਬਣਾਈ ਗਈ ਹੈ, ਤਾਂ ਇੰਸਟਰਕਸ਼ਨ ਜਿਹੜੀਆਂ ਨੇ ਇਹ ਸਬਜੈਕਟ ਕੋਡ ਨੇ ਬੀ ਐਡ ਦੇ, ਬੈਚਲਰ ਆਫ ਐਜੂਕੇਸ਼ਨ ਦੇ ਸਬਜੈਕਟ ਕੋਡ ਨੇ। ਤਾਂ ਇਹਨਾਂ ਵਿੱਚ ਇਹ ਦਿੱਤਾ ਗਿਆ, ਬਹੁਤ ਕਨਫਿਊਜ਼ਿੰਗ ਹੈ ਕਿਉਂਕਿ ਸਿਲੇਬਸ ਦੇ ਵਿੱਚ ਜਿਹੜਾ ਸਬਜੈਕਟ ਕੋਡ ਹੁੰਦਾ ਉਹ ਐੱਫ ਕਰਕੇ ਸੀ ਤੁਹਾਡਾ, ਐੱਫ 4.1, ਐੱਫ 4.2, ਐੱਫ 4.3, ਪਰ ਇਹ ਸਬਜੈਕਟ ਕੋਡ ਉਹਨੇ ਜਿਹੜੇ ਤੁਹਾਡੇ ਉਹਨਾਂ ਨੇ ਰੱਖੇ ਨੇ ਐਡਮਿਟ ਕਾਰਡ ਦੇ ਉੱਤੇ ਯੂਨੀਵਰਸਿਟੀ ਨੇ ਲਿਖੇ ਨੇ। ਦਰਅਸਲ ਇਹ ਸਬਜੈਕਟ ਕੋਡ ਨਹੀਂ ਹੈਗੇ, ਇਹ ਹੈਗੇ ਐਬਰੀਵੇਸ਼ਨ ਫੋਰ ਯੋਰ ਸਬਜੈਕਟਸ। ਤਾਂ ਇਹ ਐਬਰੀਵੇਸ਼ਨ ਦਾ ਜਿਹੜਾ ਆ ਉਹਦੇ ਆਪਾਂ ਦੇਖਦੇ ਹਾਂ ਵੀ ਮਤਲਬ ਕੀ ਨੇ। ਜਿਵੇਂ ਜੀ ਐੱਸ ਈ ਜਿਹੜਾ ਆ ਉਹ ਸ਼ੋਰਟ ਫੋਰਮ ਹੈ ਜੈਂਡਰ ਸਕੂਲ ਐਂਡ ਸੋਸਾਇਟੀ ਦੀ। ਜੀ ਐੱਨ ਸੀ ਹੈਗਾ ਗਾਈਡੈਂਸ ਐਂਡ ਕਾਊਂਸਲਿੰਗ। ਆਈ ਈ ਡੀ ਹੈਗਾ ਇੰਕਲੂਸਿਵ ਐਜੂਕੇਸ਼ਨ। ਆਰ ਐੱਨ ਟੀ ਹੈਗਾ ਰੀਡਿੰਗ ਐਂਡ ਰਿਫਲੈਕਟਿੰਗ ਔਨ ਟੈਕਸਟ। ਯੂ ਐੱਸ ਐੱਫ ਹੈਗਾ ਅੰਡਰਸਟੈਂਡਿੰਗ ਦਾ ਸੈਲਫ। ਅਤੇ ਉਹਦੇ ਬਾਅਦ ਆਪਸ਼ਨਲ ਥੇਰੀ ਪੇਪਰ ਜਿਹੜੇ ਆਉਂਦੇ ਨੇ ਉਹਦੇ ਵਿੱਚ ਐੱਚ ਪੀ ਈ ਹੈਗਾ ਹੈਲਥ ਐਂਡ ਫਿਜ਼ੀਕਲ ਐਜੂਕੇਸ਼ਨ। ਐੱਸ ਆਈ ਐੱਸ ਸਕੂਲ ਲਾਈਬ੍ਰੇਰੀ ਐਂਡ ਇਨਫੋਰਮੇਸ਼ਨ ਸਰਵਿਸਿਜ਼। ਈ ਈ ਡੀ ਐਨਵਾਇਰਮੈਂਟਲ ਐਜੂਕੇਸ਼ਨ। ਅਤੇ ਪ੍ਰੈਕਟੀਕਲ ਸਬਜੈਕਟਸ ਵਿੱਚ ਪੀ ਸੀ ਈ ਜਿਹੜਾ ਲਿਖਿਆ ਹੋਊਗਾ ਉਹ ਪਾਰਟੀਸਪੇਸ਼ਨ ਇਨ ਕਮਿਊਨੀਕੇਸ਼ਨ ਸਰਵਿਸ, ਕਮਿਊਨਿਟੀ ਸਰਵਿਸਿਜ਼ ਹੈ। ਸੀ ਈ ਆਰ ਕਮਿਊਨੀਕੇਸ਼ਨ, ਇੰਪਲੋਇਬਿਲਿਟੀ ਐਂਡ ਰਿਸੋਰਸ ਡਿਵੈਲਪਮੈਂਟ ਸਕਿੱਲਸ। ਤਾਂ ਇਹ ਬਹੁਤ ਇੱਕ ਛੋਟੀ ਜਿਹੀ ਪਰ ਜ਼ਰੂਰੀ ਇਨਫੋਰਮੇਸ਼ਨ ਸੀ ਜਿਹੜੀ ਮੈਨੂੰ ਲੱਗਿਆ ਕਿ ਤੁਹਾਨੂੰ ਦੇਣੀ ਚਾਹੀਦੀ ਹੈ। ਅਤੇ ਮੈਨੂੰ ਇੰਸਟਾਗ੍ਰਾਮ ਔਰ ਵਟਸਐਪ ਦੇ ਉੱਤੇ ਬਹੁਤ ਸਾਰੇ ਬੱਚਿਆਂ ਦੀ ਕਾਲ ਆ ਰਹੀ ਹੈ, ਤੁਸੀਂ ਆਪਣੀਆਂ ਕੁਐਰੀਜ਼ ਇਸੇ ਤਰ੍ਹਾਂ ਵਟਸਐਪ ਦੇ ਉੱਤੇ ਡਰੋਪ ਕਰਦੇ ਰਹੋ। ਤੁਸੀਂ ਮੈਨੂੰ ਫੋਲੋ ਕਰੋ ਇੰਸਟਾਗ੍ਰਾਮ ਦੇ ਉੱਤੇ, ਵਟਸਐਪ ਦੇ ਉੱਤੇ ਤੁਸੀਂ ਵਟਸਐਪ ਲਿੰਕ ਜਿਹੜਾ ਆ ਉਹ ਤੁਸੀਂ ਵਟਸਐਪ ਨੰਬਰ ਜਿਹੜਾ ਆ ਉਹ ਤੁਸੀਂ ਮੇਰੀ ਇੰਸਟਾਗ੍ਰਾਮ ਆਈ ਡੀ ਤੋਂ ਲੈ ਸਕਦੇ ਹੋ, ਜਾਂ ਫੇਸਬੁੱਕ ਮੇਰੀ ਆਈ ਡੀ ਜਿਹੜੀ ਆ ਪ੍ਰੋਫੈਸਰ ਕੇ ਪੁਸ਼ਪਿੰਦਰ ਸਿੰਘ। ਫੇਸਬੁੱਕ ਦੇ ਉੱਤੇ ਇੱਕ ਪੇਜ ਬਣਿਆ ਹੋਇਆ ਪ੍ਰੋਫੈਸਰ ਕੇ ਪੁਸ਼ਪਿੰਦਰ ਸਿੰਘ, ਉੱਤੇ ਫੋਲੋ ਕਰੋ। ਉਹਦੇ ਉੱਤੇ ਤੁਸੀਂ ਵਟਸਐਪ ਦੇ ਰਾਹੀਂ ਮੈਨੂੰ ਮੈਸੇਜ ਭੇਜ ਸਕਦੇ ਹੋ, ਮੈਸੇਂਜਰ ਦੇ ਰਾਹੀਂ ਤੁਸੀਂ ਮੈਸੇਜ ਭੇਜ ਸਕਦੇ ਹੋ, ਫੇਸਬੁੱਕ ਮੈਸੇਂਜਰ ਦੇ ਰਾਹੀਂ ਸੇਮ ਆਈ ਡੀ ਆ ਪ੍ਰੋਫੈਸਰ ਕੇ ਪੁਸ਼ਪਿੰਦਰ ਸਿੰਘ। ਇੰਸਟਾਗ੍ਰਾਮ ਦੇ ਉੱਤੇ ਮੇਰਾ ਜਿਹੜਾ ਹੈਂਡਲਰ ਹੈ ਉਹ ਹੈਗਾ ਕੁੰਵਰ ਸਾਹਿਬ, KUNWARSAHB, ਕੁੰਵਰ ਸਾਹਿਬ। ਉਮੀਦ ਕਰਦਾ ਤੁਹਾਨੂੰ ਇਹ ਇਨਫੋਰਮੇਸ਼ਨ ਪਸੰਦ ਆਈ ਹੋਵੇਗੀ। ਹੋਰ ਇਨਫੋਰਮੇਸ਼ਨ ਲਈ ਜੁੜੇ ਰਹੋ, ਸਬਸਕ੍ਰਾਈਬ ਜਿਹੜਾ ਆ ਉਹ ਵੱਧ ਤੋਂ ਵੱਧ ਕਰਵਾਓ ਚੈਨਲ ਨੂੰ, ਤਾਂ ਕਿ ਮੈਨੂੰ ਵੀ ਮੋਟੀਵੇਸ਼ਨ ਮਿਲੇ ਕਿ ਮੈਂ ਉਹ ਜਿਹੀਆਂ ਵੀਡੀਓ ਇਨਫੋਰਮੇਸ਼ਨ ਵੀਡੀਓਜ਼ ਪਾਵਾਂ। ਇੱਕ ਅੱਜ ਮੈਂ ਆਪਣੀ ਜਨਰਲ ਲਾਈਫ, ਜੋ ਅਸੀਂ ਜਨਰਲੀ ਮੈਂ ਆਪਣੇ ਦੋਸਤਾਂ ਨਾਲ, ਆਪਣੇ ਅਜ਼ੀਜ਼ ਜਿਹੜੇ ਮੇਰੇ ਛੋਟੇ ਵੀਰ ਨੇ ਉਹਨਾਂ ਨਾਲ ਮੈਂ ਆਮ ਲਾਈਫ ਵਿੱਚ ਕਿੱਦਾਂ ਵਿਚਰਦਾ, ਉਹ ਵੀ ਮੈਂ ਅੱਜ ਇੱਕ ਵਲੋਗ ਪਾਇਆ। ਤੁਸੀਂ ਉਹਨੂੰ ਵੀ ਪਿਆਰ ਦੇਣਾ, ਹੁੰਗਾਰਾ ਦਿਓ, ਤਾਂ ਕਿ ਮੈਨੂੰ ਵੀ ਮੋਟੀਵੇਸ਼ਨ ਮਿਲੇ। ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।